ਸੱਜਣ ਪਹਿਲੀ ਝੋਟੀ ਲੱਗਿਆ ਬਈ ਮੋੜ ਮੰਡੀ ਦੇ ਦਿਖਾਉਣ ਦਿਖਾਉਣ ਵੀ ਐ ਲੱਗਿਆ ਟੌਪ ਕੁਆਲਿਟੀ ਦੀ ਮੁੰਡੂਗੀ ਦਿਖਾ ਦੀ ਬਈ ਪੂਰੀ ਕਿਉਂਕਿ ਮੋੜ ਮੰਡੀ ਆ ਨਾ ਜਿਹੜੀ ਸੱਜਣੋ ਨਗੀਨਿਆਂ ਵਾਸਤੇ ਜਾਣੀ ਜਾਂਦੀ ਆ ਬਈ ਪੂਰੀ ਮਸ਼ਹੂਰ ਮੰਡੀ ਆ ਤੇ ਝੋਟੀ ਦੀ ਵੀ ਗੱਲ ਕਰ ਲਈਏ ਨਾ ਉਹੀ ਗੱਲ ਆ ਯਾਰ ਤੁਹਾਨੂੰ ਅੱਜ ਲੱਗਿਆ ਵੀ ਆਪਾਂ ਕਪੈਨ ਜਿੱਡੀਆਂ ਜਿੱਡੀਆਂ ਝੋਟੀਆਂ ਦਿਖਾਊਗਾ ਮੋੜ ਮੰਡੀ ਤੋਂ। ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚਿਆ ਵੀ ਮੋੜ ਮੰਡੀ ਜਿਹੜੀ ਕਿ ਮਹੀਨੇ 'ਚ ਜੇ ਆਪਾਂ ਗੱਲ ਕਰ ਲਈਏ ਨਾ ਸੱਜਣੋ 20 ਤਰੀਕ ਨੂੰ ਇੱਕ ਵਾਰ ਲੱਗਦੀ ਆ ਤੇ ਪੈਂਦੀ ਵੀ ਬਠਿੰਡੇ ਜ਼ਿਲ੍ਹੇ 'ਚ ਆ। ਜੇ ਪੰਜਾਬ ਦੀ ਨਾ ਦੋ ਨਾਮਵਾਰ ਮੰਡੀਆਂ ਦੀ ਮੈਂ ਗੱਲ ਕਰ ਲਾ ਸੱਜਣੋ ਰਾਮਪੁਰਾ ਫੂਲ ਤੇ ਮੋੜ ਕਿਉਂਕਿ ਬਠਿੰਡੇ ਵਾਲੇ ਸੱਜਣਾ ਵਾਸਤੇ ਮਾਣ ਵਾਲੀ ਗੱਲ ਆ ਕਿਉਂਕਿ ਜਿਹੜੇ ਟੌਪ ਦੀਆਂ ਮੰਡੀਆਂ ਨੇ ਸੱਜਣੋ ਪੰਜਾਬ ਦੀਆਂ ਦੋਵੇਂ ਬਠਿੰਡੇ ਜ਼ਿਲ੍ਹੇ 'ਚ ਲੱਗਦੀਆਂ ਨੇ ਪਹਿਲੇ ਦੂਜੇ ਨੰਬਰ ਤੇ ਆਉਂਦੀਆਂ ਮੰਡੀਆਂ ਤੇ ਮੰਡੀ ਵੀ ਨਾ ਅੱਜ ਆਪਾਂ ਦਿਖਾਉਣ ਲੱਗਿਆ ਖਾਸੇ ਦਿਨਾਂ ਬਾਅਦ ਦਿਖਾਉਣ ਲੱਗਿਆ ਮੰਡੀ ਕਿਉਂਕਿ ਪਹਿਲਾਂ ਨਾ ਆਪਣਾ ਕੰਮ ਥੋੜਾ ਜਿਹਾ ਸ਼ਡਿਊਲ ਬਿਜੀ ਸੀ ਸੱਜਣੋ ਘਰਾਂ 'ਚੋਂ ਅੱਜ ਪਹੁੰਚਿਆ 20 ਤਰੀਕ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਤੇ ਮੰਡੀ ਦੇ ਜਿਹੜੇ ਅੱਜ ਸੱਜਣੋ ਰੇਟ ਚੱਲ ਰਹੇ ਨੇ ਸਾਰੇ ਰੇਟਾਂ ਨੂੰ ਤੁਹਾਨੂੰ ਆਪਾਂ ਜਾਣੂ ਕਰਵਾ ਦਾਂਗੇ ਮੰਡੀ ਦਾ ਲਵਾਵਾਂਗੇ ਸਾਰੀ ਦਾ ਗੇੜਾ ਤੇ ਐਂਡ ਤੱਕ ਵੀਡੀਓ ਨਾਲ ਜ਼ਰੂਰ ਜੁੜੇ ਰਹੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਆਜੋ ਬਾਈ ਨਾਲ ਮਿਲਾਉਂਦੇ ਆ ਤੇ ਜਾਨਵਰ ਦਿਖਾਉਂਦੇ ਆ ਟੌਪ ਟੌਪ ਦੇ। ਲੈ ਸੱਜਣੋ ਪਹਿਲੀ ਝੋਟੀ ਲੱਗਿਆ ਬਈ ਮੋੜ ਮੰਡੀ ਦੇ ਦਿਖਾਉਣ ਦਿਖਾਉਣ ਵੀ ਐ ਲੱਗਿਆ ਟੌਪ ਕੁਆਲਿਟੀ ਦੀ ਮੁੰਡੂਗੀ ਦਿਖਾ ਦੀ ਬਈ ਪੂਰੀ ਕਿਉਂਕਿ ਮੋੜ ਮੰਡੀ ਆ ਨਾ ਜਿਹੜੀ ਸੱਜਣੋ ਨਗੀਨਿਆਂ ਵਾਸਤੇ ਜਾਣੀ ਜਾਂਦੀ ਆ ਬਈ ਪੂਰੀ ਮਸ਼ਹੂਰ ਮੰਡੀ ਆ ਤੇ ਝੋਟੀ ਦੀ ਵੀ ਗੱਲ ਕਰ ਲਈਏ ਨਾ ਉਹੀ ਗੱਲ ਆ ਯਾਰ ਤੁਹਾਨੂੰ ਅੱਜ ਲੱਗਿਆ ਵੀ ਆਪਾਂ ਕਪੈਨ ਜਿੱਡੀਆਂ ਜਿੱਡੀਆਂ ਝੋਟੀਆਂ ਦਿਖਾਊਗਾ ਮੋੜ ਮੰਡੀ ਤੋਂ। ਆਇਆ ਮੋੜ ਲਿਆ ਉਹਰਾਂ ਲਿਆ ਕੈਮਰਾ ਹੁਣ ਲੈ ਨਾਮ ਦੱਸ ਦੇ ਸੱਜਣਾ ਕੀ ਆ ਤੇਰਾ ਨਾਮ? ਬਾਈ ਬਲਕੌਰ ਸਿੰਘ। ਬਲਕੌਰ ਸਿੰਘ ਪਿੰਡ ਕਿਹੜਾ ਬਾਈ ਦਾ? ਰਾਜਗੜ੍ਹ ਕੁੱਬੇ। ਰਾਜਗੜ੍ਹ ਕੁੱਬੇ ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਬਠਿੰਡਾ ਬਾਈ। ਜ਼ਿਲ੍ਹਾ ਬਠਿੰਡਾ ਇੱਕਾ ਪੂਰੇ ਕੁੱਬੇ ਮੇਰਾ ਖਿਆਲ ਹੋ ਰਿਹਾ ਕੁੱਬੇ ਬਾਈ। ਅੱਛਾ ਕਿਹੜਾ ਸੂਆ ਝੋਟੀ ਦਾ? ਦੂਜਾ ਬਾਈ ਦੂਜਾ। ਦੂਜਾ ਸੂਆ ਕਿੰਨੇ ਦਿਨ ਦੀ ਸੂਈ ਆ? ਇਹ 3 ਦਿਨਾਂ ਦੀ ਸੂਈ ਆ ਬਾਈ। 3 ਦਿਨਾਂ ਦੀ ਜੈਨੂਅਨ? ਹਾਂ। ਦੁੱਧ 3 ਦਿਨਾਂ ਦੀ ਸੂਈ ਥੱਲੇ 14 ਕਿਲੋ ਬਾਹਲਾ ਵੀਰੇ 14। ਹਾਂ ਮੈਂ ਝੂਠ ਮਰਵਾਉਣਾ ਉਹਦਾ ਕੋਈ ਫਾਇਦਾ ਨਹੀਂ। ਇਹ ਜਿਹੜਾ ਇੰਨੀਆਂ ਜਾਂ ਕਿਹੜੀਆਂ ਮੈਸਾਂ ਨੇ ਜਿਹੜੀਆਂ ਦੋਹਾਂ ਤਿੰਨਾਂ ਦਿਨਾਂ ਦੀਆਂ 14 ਕਿਲੋ ਤਿਆਰ ਕਰ? ਬੜਾ ਚੰਗਾ ਯਾਰ ਸਾਰਾ ਮੋੜ ਲੱਕਾ ਨਹੀਂ ਲੱਕਾ ਤੁਹਾਡਾ ਬੜਾ ਚੰਗਾ ਤੁਹਾਡੇ ਇਲਾਕੇ ਦੀ ਤਾਰੀਫ ਮੈਂ ਕਰਦਾ ਹੁੰਦਾ ਰਾਮਪੁਰਾ ਫੂਲ ਮੋੜ ਦੇ ਸਾਹਮਣੇ ਬਣੀ ਖੜੀ ਹੈ ਯਾਰ ਦੇਖ ਲੈ ਚੰਗਾ ਏਰੀਆ ਆ ਤੇਰੇ ਸਾਹਮਣੇ ਬਣੀ ਖੜੀ ਹੈ ਦੇਖ ਲੈ ਕਿੰਨਾ ਕਿ ਦੁੱਧ ਪਾ ਦੂਗੀ? ਦੁੱਧ ਪਾ ਦੂ ਬਾਈ 18 ਕਿਲੋ। 18 ਵਾਲੀ ਦਾ ਰੇਟ? ਰੇਟ ਬਾਈ 2.5 ਲੱਖ ਮੰਗ ਲੈ। ਹੈ 2.5 ਲੱਖ 2.5 ਤਾਂ ਮੰਗ ਲੈ ਦੇਵੇਂਗਾ ਕਿੰਨੇ ਦੀ? 2 ਦੀ ਦੇਵਾਂਗੇ। ਹੋਰ ਵੀ 2 ਜਮਾਨਤਾਂ ਕਰ ਦਾਂਗੇ ਬਾਈ ਜਿੰਨਾ ਕੋਈ ਕਰ ਦੇ ਤੇ ਜਮਾਨਤਾਂ ਨੂੰ ਸਿਰਾ ਹੀ ਲਾ ਦੇ ਗੱਲ ਛੋਟ ਛੱਪੇ ਵਾਲਾ ਕੰਮ ਹੀ ਰੱਖ ਲਾ ਗੱਲਾ 180 ਦੇ ਦਾਂਗੇ 1.5 ਦੇ ਨਹੀਂ ਨਹੀਂ ਮਹਿੰਗਾ ਹੋ ਗਿਆ ਕੰਮ 1.60 ਲਾਈ ਜਾਂਦੇ ਹੈ 1.60 ਮਹਿੰਗਾ ਹੋ ਗਿਆ ਕੰਮ ਨਾ ਫਰਕ ਪਏਗਾ ਰੁੱਤ ਮਹਿੰਗੀ ਹੋ ਗਈ ਫਰਕ ਹੈ ਫਰਕ ਕਦੋਂ ਘਟੂਗਾ ਰੇਟ ਹੁਣ ਜਾ ਕੇ ਬਸ ਅਜੇ ਤਾਂ 2 ਮਹੀਨੇ ਚੱਲੂਗਾ ਬਾਈ ਇਹ ਅੱਛਾ 2 ਮਹੀਨੇ ਲੈ ਸੱਜਣੋ ਅੱਗ ਪੂਰੀ ਬਾਈ ਹਲੇ ਅੱਗ ਕੱਢਣਗੇ ਵਪਾਰੀ ਹੈ ਨਾ ਕਿਉਂਕਿ ਯਾਰ ਪਿੰਡਾਂ 'ਚ ਵੀ ਯਾਰ ਅੱਗ ਕੱਢਦੇ ਨੇ ਲੋਕ 2.5-3 ਲੱਖ ਮੰਗ ਕੇ ਨਾ ਪਰਾ ਮੂੰਹ ਕਰ ਲੈਣਗੇ ਸੱਜਣਾ ਝੋਟੀ ਚਾਹੇ ਮੇਰਾ ਖਿਆਲ ਹੈ ਲੱਖ ਦੀ ਹੋਵੇ ਪਿੰਡ ਵਾਲੇ ਸੱਜਣ ਵੀ ਗੁੱਸਾ ਨਾ ਕਰੋ ਯਾਰ ਗੱਲ ਦਾ ਝੋਟੀ ਚਾਹੇ ਲੱਖ ਦੀ ਹੋਵੇ ਕਿਉਂਕਿ ਆਪਾਂ ਵੀਡੀਓ ਦੇਖ ਲੈਣਾ ਕਈ ਵਾਰੀ ਮਹਿੰਗੇ ਜਾਨਵਰ ਦੀ ਆਪਣਾ ਜਾਨਵਰ ਵੀ ਯਾਰ ਆਪਾਂ ਉਹਦੇ ਨਾਲ ਕੰਪੈਰੀਜ਼ਨ ਕਰਨ ਲੱਗੇ ਨਾ ਵੀ ਜੇ ਉਹ 10 ਲੱਖ ਦੀ ਵਿਕੀ ਆ ਆਪਣੀ ਝੋਟੀ ਵੀ 10 ਲੱਖ ਦੀ ਆ 10 ਲੱਖ ਵਾਲੀ ਹਰੇਕ ਨਹੀਂ ਹੁੰਦੀ ਸੱਜਣੋ ਹਜ਼ਾਰਾਂ ਵਾਂਗ ਇੱਕ ਅੱਧੀ ਹੁੰਦੀ ਆ ਜਿਹੜੀ ਮਹਿੰਗੇ ਮੁੱਲ ਦੀ ਹੁੰਦੀ ਆ ਨਾ ਬਾਈ। ਹਾਂ ਇਹੀ ਗੱਲ। ਹੋਰ ਕਿਹੜੀ ਝੋਟੀ ਦਿਖਾਵਾਂਗੇ? ਆ ਚੋ ਅਗਲੀ ਝੋਟੀ ਵੀ ਆਪਣੀ ਆ ਅਗਲੀ ਦੂਜੇ ਮੁੰਡੇ ਦੀ ਆ। ਲੈ ਬਲਾ ਉਹਨੂੰ ਫਿਰ ਦਿਖਾ ਦੇ ਯਾਰ ਆ ਜਾ ਬਾਈ ਦੋ ਕਾਲੇ ਕਾਲੇ ਦਿਖਾ ਆ ਤਾਂ ਕੀ ਯਾਰ ਨਾ ਨਹੀਂ ਸੀ ਆ ਜਾ ਕੁਛ ਨਹੀਂ ਆ ਓਏ ਸੇਵ ਕਰਕੇ ਦੁਬਾਰੇ। ਲੈ ਸੱਜਣਾ ਆ ਝੋਟੀ ਤੇ ਮਾਰਦੇ ਕੈਮਰਾ ਬਾਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਸਟਾਰਟਿੰਗ 'ਚ ਵੀ ਕਪੈਣ ਜਿੱਡੀਆਂ ਜਿੱਡੀਆਂ ਝੋਟੀਆਂ ਦਿਖਾਵਾਂਗੇ ਅੱਜ ਮੋੜ ਮੰਡੀ ਤੋਂ ਕਿਉਂਕਿ ਵਾਕਈ ਯਾਰ ਝੋਟੀ ਹੈਗੀ ਆ ਬਾਈ ਕਪੈਣ ਜਿੱਡੀ ਅੱਜ ਬਾਈ ਨਾ ਕਰਾਉਣੇ ਗੱਲਬਾਤ ਤੋੜ ਕੇ ਵੀ ਦਿਖਾਵਾਂਗੇ ਬਾਈ ਜੀ ਨਾਮ ਦੱਸ ਦਿਓ ਆਪਣਾ ਜੀ। ਮੇਰਾ ਨਾਮ ਆਸ਼ਾ ਸਿੰਘ ਹੈ ਜੀ। ਪਿੰਡ ਕਿਹੜਾ ਬਾਈ? ਬੈਮਨ ਜੱਸਾ ਸਿੰਘ। ਜ਼ਿਲ੍ਹਾ ਕਿਹੜਾ ਜੀ? ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ ਝੋਟੀ ਦਾ ਤਲਵੰਡੀ ਸਾਹਿਬ ਸੂਆ ਕਿਹੜਾ ਹੈ ਤਾਂ ਜਿਹੜੀ ਆਪਾਂ ਦਿਖਾਈਏ? ਤੀਜਾ ਸੂਆ ਜੀ। ਅੱਛਾ ਤੀਜਾ ਸੂਆ ਦੇਖ ਕੇ ਜੇ ਕਿਵੇਂ ਦੱਸਿਆ ਬਾਈ ਦਾ?
ਮੈਂ ਦੱਸਦੀ ਹੈ ਜੀ ਕੋਈ ਸ਼ੱਕ ਜਾਂ ਪੈ ਕਈ ਵਾਰੀ ਕਿਹਨੇ ਦੱਸੀ ਮੈਂ ਕਰੀ ਨਾ ਹੱਥੋਂ ਜੀ ਸਰੀਰ ਦੱਸ ਮੈਂ ਬਾਡੀ ਬੁੱਢੀ ਚੰਗੀ ਆ ਮੈਂ ਦੀ ਉਹੀ ਗੱਲ ਹੈਗੀ ਆ ਟਰੱਕ ਜਿੱਡੀ ਮੈਂ ਹਨਾ 20 ਸੇਰੀ ਮੈਂ ਤੀਜਾ ਸੂਆ ਕਿੰਨੇ ਕੁ ਦਿਨ ਦੀ ਸੂਈ ਆ ਇਹਦੇ ਸੂਈ ਨੂੰ ਹੋ ਗਈ 10 11 ਦਿਨ 10 11 ਦਿਨ ਬੱਚਾ ਕੀ ਹੈ ਨਾਲ ਜੀ ਬੱਚਾ ਨਹੀਂ ਦੇਖਿਆ ਜੀ ਅੱਛਾ ਬੱਚਾ ਵੀ ਦੇਖਣਾ ਪਊ ਉਹ ਵਪਾਰੀ ਬੱਚਾ ਘੱਟ ਹੀ ਦੇਖਦੇ ਹੁੰਦੇ ਨੇ ਨਾ ਹਾਂ ਪਕੜਾ ਪਾ ਲਈ ਜਦੋਂ ਘੱਟ ਹੀ ਦੇਖਦੇ ਨੇ ਵੇਚਣ ਵਾਲੀ ਪੂੰਝ ਜੀ ਚੱਕ ਕੇ ਦੇਖਦੇ ਹੁੰਦੇ ਨੇ ਵੀ ਕੱਟਾ ਕਿ ਕੱਟੀ ਆ ਕਿਉਂਕਿ ਲੈਣ ਵਾਲੇ ਸੱਜਣ ਬਾਈ ਕਈ ਵਾਰੀ ਨਾ ਕਮੈਂਟ ਕਰਦੇ ਨੇ ਪੁੱਛਦੇ ਰਹਿੰਦੇ ਨੇ ਵੀ ਯਾਰ ਬੱਚਾ ਵੀ ਨਾਲ ਹੈ ਨਾ ਜਰੂਰ ਦੱਸਿਆ ਕਰੋ ਬਾਕੀ ਕੱਟੇ ਦੀ ਹੈ ਬਾਕੀ ਨਹੀਂ ਹੈ ਜੀ ਹਾਂ ਜਿਹੜੀ ਸਰਦਾਰ ਘਵਾਉਂਦਾ ਜਿਹੜੀ ਮੱਝ ਨਾਲ ਕੱਟੀ ਹੁੰਦੀ ਆ ਬਾਈ ਉਹ ਵੀ 2-4 ਹਜ਼ਾਰ ਮਹਿੰਗੀ ਹੋ ਜਾਂਦੀ ਆ ਹੁਣ ਕਿੰਨੇ ਦਿਨ ਦੀ ਸੂਈ ਆ ਬੋਲੀ ਕਿੰਨੀ ਆ ਹੁਣ ਹੋਊਗਾ ਜੀ 16-17 ਲੀਟਰ 16-17 ਰੇਟ 16-17 ਕੀ ਹੋਊਗਾ ਫਿਰ ਤਾਂ 2.5 ਲੱਖ ਮੰਗਦੇ ਆ ਨਾ ਛੱਡ ਕਿੰਨੇ ਦੀ ਦੇਵਾਂ ਤਾਂ 2 ਦੀ ਦੇਵਾਂਗੇ ਦੂਰ ਦੀ ਨਹੀਂ ਦਿੰਦੇ ਨਹੀਂ ਹੈ ਨਹੀਂ ਖੋਲ ਕੇ ਤੋੜ ਕੇ ਦਿਖਾ ਦੇ ਖੋਲ ਕੇ ਤੋੜੀ ਲੈ ਸੱਜਣਾ ਬਾਕੀ ਜਿਹੜਾ ਤੁਰੂਗੀ ਨਾ ਝੋਟੀ ਦੀ ਜੱਜਮੈਂਟ ਕਰ ਲਿਓ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਰੁੱਤ ਥੋੜੀ ਜਿਹੀ ਕਸੂਤੀ ਆ ਪਿੰਡਾਂ 'ਚ ਕੋਈ ਦੇ ਨਹੀਂ ਰਿਹਾ ਕਿਉਂਕਿ ਰੇਟ ਭੈੜੇ ਚੱਲ ਰਹੇ ਨਾ ਪਿੰਡ ਵਾਲੇ ਮੰਗ ਕੇ 3 ਲੱਖ ਰੁਪਇਆ ਕੁੰਡਾ ਲਾ ਲਾਂਦੇ ਨੇ ਹਾਂਜੀ ਫੌੜਾ ਚੱਕ ਲੈਂਦਾ ਜ਼ਮੀਨਦਾਰ ਅੱਛਾ ਯਾਰ ਫੌੜਾ ਵੀ ਮਾਰ ਦਿੰਦੀ ਹਾਂਜੀ ਇੱਕ ਫੌੜਾ ਫੂੜਾ ਨਾ ਸੱਜਣਾ ਚੱਕਿਆ ਕਰੂੰ ਪਿਆਰ ਨਾਲ ਦੱਸਦਾ ਕਰ ਵੀ ਰੇਟ ਰੂਟ ਹੁਣ ਕਿੰਨਾ ਚੱਲ ਰਿਹਾ ਲੈ ਇਹਨੂੰ ਤੋੜ ਦੇ ਝੋਟੀ ਉਹੀ ਗੱਲ ਆ ਵੀ ਜਿਵੇਂ ਤੁਹਾਨੂੰ ਮੈਂ ਕਿਹਾ ਕੱਦ ਪੂਰਾ ਵੱਡਾ ਹਾਈ ਸਾਈਜ਼ ਦੀ ਬਹੁਤ ਹੈ ਹਾਂ ਜੇ ਮੈਂ ਕਹਿਦਾ ਵੀ ਜਿਵੇਂ ਨੁਕਰੇ ਘੋੜੇ ਦਾ ਨਾ 65 66 ਇੰਚ ਦਾ ਕੱਦ ਹੁੰਦਾ ਉਹ ਗੱਲਬਾਤ ਆ ਬਾਈ ਪੂਰੇ ਭਾਰੇ ਲੇਵੇ ਚਾ ਝੋਟੀ ਤੇ ਉੱਪਰੋਂ ਬਣਾਵਟ ਵੀ ਪੂਰੀ ਆ ਤੇ ਭਰਪੂਰ ਜੀ ਕਿਵੇਂ ਕਰੀ ਹਣੇ ਪਾਸਾ ਪੂਸਾ ਦਾ ਬਾਜ਼ਾਰ ਦਾ ਕਰਕੇ ਮੰਨ ਜਾਂਦੀਆਂ ਜੀ ਗੁੜਗੜ ਪੀਂਦੀਆਂ ਇਹਨਾਂ ਮੱਝਾਂ ਪਾਸਾ ਪੂਸਾ ਦਾ ਨਹੀਂ 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 ਇਸ ਦੀ ਗੱਲ ਦੀ ਕਈ ਵਾਰੀ ਲੈਣ ਆਉਂਦਾ ਬਾਦੀ ਹੈ ਨਾ ਇੱਕ ਗੱਲ ਦਾ ਹੈਗੀ ਆ ਜਦੋਂ ਝੋਟੀ ਤੁਰਦੀ ਆ ਯਾਰ ਧਰਤੀ ਧੱਕਦੀ ਆ ਡਰਾਉਂਦੀ ਆ ਮਾੜੇ ਬੰਦੇ ਨੂੰ ਵੀ ਆ ਗਈ ਮੇਰੇ ਕੋਲ ਅੱਛਾ ਜੀ ਆਪਣਾ ਨੰਬਰ ਬੋਲ ਦਿਓ ਜੀ 9155-30-326 ਇੱਕ ਵਾਰੀ ਫਿਰ ਬੋਲੋ 9155-30-326 ਵਪਾਰ ਦਾ ਹੀ ਕੰਮ ਆਪਾਂ ਹਾਂਜੀ ਹਾਂਜੀ ਕਿੰਨੇ ਜਾਨਵਰ ਲੈ ਕੇ ਆਏ ਜੀ ਜਾਨਵਰ ਸਾਡੇ ਕੋਲ ਹੈਗੇ ਜੀ 3 ਕਿੰਨੀਆਂ ਵੇਚਤੀਆਂ ਫਿਰ ਇੱਕ ਵੇਚੀ ਹੈ ਜੀ ਇੱਕ ਵੇਚਤੀ ਹਾਂਜੀ ਕਿਵੇਂ ਆ ਬਾਜ਼ਾਰ ਫਿਰ ਬਾਜ਼ਾਰ ਠੀਕ ਹੈ ਜੀ ਚੰਗੀ ਮੈਂ ਦਾ ਬਾਜ਼ਾਰ ਆ ਜੀ ਅੱਛਾ ਚੰਗੀ ਦਾ ਸਦਾ ਹੀ ਰਹੂਗਾ ਨਾ ਚੰਗੀ ਦਾ ਸਦਾ ਰਹੂਗਾ ਮੇਰੇ ਹਿਸਾਬ ਨਾਲ ਹੁਣ ਮੰਦੀਆਂ ਦਾ ਬਾਜ਼ਾਰ ਵੀ ਚੰਗਾ ਹਨਾ ਨਹੀਂ ਠੀਕ ਹੈ ਜੀ ਬਸ ਉਹ ਜਿਆਦੇ ਜਿਹੜੇ ਲੋਕ ਆ ਮਤਲਬ ਜਿਹੜੇ ਐ ਕਹਿੰਦੇ ਵੀ ਬਸ ਚੰਗੀ ਲੈਣੀ ਹੈ ਹਾਂਜੀ ਅੱਜ ਕੱਲ ਹਰੇਕ ਹੁਣ ਚੰਗੀ ਵਾਲੇ ਪਾਸੇ ਹੋਇਆ ਠੀਕ ਹੈ ਦੌਰ ਚੱਲ ਰਿਹਾ ਮਾੜੀਆਂ ਕਿੱਧਰ ਤੋਰੀਏ ਮਾੜੀਆਂ ਵਾਲੇ ਹੈਗੇ ਇਹ ਕਹਿੰਦਾ ਵੀ ਮੈਨੂੰ ਚੰਗੀ ਦੇ ਦੋ ਮਾੜੀਆਂ ਕਿੱਧਰ ਤੋਰੀਏ ਮਾੜੀਆਂ ਲਾਓ ਰੁਪਏ ਦਰ ਸਾਰੀਆਂ ਹਾਂ ਮਾੜੀਆਂ ਦੇ ਵੀ ਗਾਹਕ ਹੈਗੇ ਹਾਂ ਮਾੜੀਆਂ ਦੇ ਗਾਹਕ ਹੈਗੇ ਜੀ ਆ ਖੜੇ ਆ ਮੁੰਡੇ ਇਹ ਜੀ 50-55 ਵਾਲੀ ਅੱਛਾ ਅੱਛਾ ਝੋਟੀ ਆ ਵੀ ਚੰਗੀ ਆ ਬਾਈ ਲੈ ਬਾਕੀ ਸੱਜਣੋ ਅੱਗੇ ਲੈ ਕੇ ਚੱਲਦਾ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਅੱਗੇ ਵੀ ਦਿਖਾਵਾਂਗੇ ਚੰਗੇ ਚੰਗੇ ਜਾਨ ਧੰਨਵਾਦ ਲੈ ਸੱਜਣੋ ਮੌੜ ਮੰਡੀ ਤੋਂ ਨਾ ਇੱਕ ਤੁਹਾਨੂੰ 2 ਦੰਦ ਝੋਟੀ ਲੱਗਿਆਂ ਦਿਖਾਉਣ ਸੂਣ ਚ ਤਾਂ ਪਰ ਦਿਨ ਕੱਢਦੀ ਆ ਪਰ ਜੇ ਥਣ ਥੁਣ ਦੀ ਗੱਲ ਕਰ ਲਈ ਨਾ ਸੱਜਣੋ ਰੰਗ ਰੁੰਗ ਦੀ ਗੱਲ ਕਰ ਲਈਏ ਰੰਗ ਰੂਪ ਬੜਾ ਚੰਗਾ ਝੋਟੀ ਨੂੰ ਜਿਵੇਂ ਅਕਸਰ ਤੁਹਾਨੂੰ ਮੈਂ ਕਹਿਣਾ ਹੁੰਦਾ ਨਾ ਵੀ ਰਾਮਪੁਰਾ ਫੂਲ ਜਿਹੜਾ ਏਰੀਆ ਨਾ ਸੱਜਣੋ ਵੀ ਇਸ ਏਰੀਏ ਦੇ ਡੰਗਰ ਆ ਯਾਰ ਦੁੱਧ ਵਾਲੇ ਡੰਗਰ ਹੁੰਦੇ ਨੇ ਤੇ ਹੁੰਦੇ ਵੀ ਵਧੀਆ ਕੁਆਲਿਟੀ ਦੇ ਨੇ ਉਸੇ ਤਰਜ਼ ਤੇ ਰਾਮਪੁਰੇ ਫੂਲ ਏਰੀਏ ਦੀ ਝੋਟੀ ਅੱਜ ਮੌੜ ਮੰਡੀ ਸੱਜਣ ਲੈ ਕੇ ਪਹੁੰਚਿਆ ਹੋਇਆ ਹੈ ਲੈ ਬਾਈ ਝੋਟੀ ਪਹਿਲਾਂ ਤੋੜ ਕੇ ਦਿਖਾ ਦੇ ਇੱਕ ਵਾਰੀ ਸੱਜਣਾ ਝੋਟੀ ਤੇ ਮਾਰਦੀ ਕੈਮਰਾ ਮੂੰਹੋਂ 2 ਦੰਦ ਆ ਤੇ ਕੁਆਲਿਟੀ ਕੁਆਲਿਟੀ ਦਾ ਜੇ ਗੱਲਬਾਤ ਕਰ ਲਈਏ ਨਾ ਭੈਣ ਸਿਰਾ ਕੁਆਲਿਟੀ ਦੀ ਆ ਥਾਂ ਨੰਬਰ ਵੀ ਦਿਖਾ ਦੇ ਨੇੜੇ ਲਾ ਕੇ ਕਿਉਂਕਿ ਹਲੇ ਮੇਰਾ ਖਿਆਲ ਆ ਇਹ ਸੂਣ ਚ ਝੋਟੀ ਦਿਨ ਬਾਈ ਕੱਢਦੀ ਆ ਇਹਨੂੰ ਚਲਾ ਦੇ ਹੈ ਇਹਨੂੰ ਚਲਾ ਦੇ ਕੋਈ ਗੱਲ ਨਹੀਂ ਨੇੜੇ ਲਾ ਕੇ ਦਿਖਾਇਆ ਸਮਾਰ ਕੇ ਕਰਦੀ ਆ ਟੱਕਾ ਥੋੜਾ ਜਿਹਾ ਜਾਨ ਜ਼ਿਆਦੇ ਆ ਇਹ ਚ ਕਰਾ ਕੇ 2 ਦੰਦ ਦੇਖਿਆ ਚੰਗੀ ਕਮਾਲਾ 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 ਇਥੋਂ ਤਾਂ ਇਹ ਹੈਗੀ ਆ ਸੱਜਣੋ ਮੂੰਹੋਂ 2 ਦੰਦ ਆ ਪਹਿਲਾ ਸੂਆ ਸੂਣ ਵਾਸਤੇ ਹਲੇ ਕੱਢਦੀ ਆ ਕਈ ਦਿਨ ਪਰ ਝੋਟੀ ਚੰਗੀ ਆ ਸੱਜਣੋ ਥਾਣ ਥਨੌੜ ਦੀ ਜੇ ਗੱਲ ਕਰਦਾ ਨਾ ਐ ਲੱਗਿਆ ਵੀ ਪੂਰਾ ਅੱਬਲ ਦਰਜੇ ਦਾ ਇਹਦੇ ਕੱਦ ਕਾਠ ਦੀ ਗੱਲ ਕਰ ਲਈਏ ਸੱਜਣੋ ਆਪਾਂ ਇਹਦੇ ਨਾਲ ਰੰਗ ਰੂਪ ਦੀ ਗੱਲ ਕਰ ਲਈਏ ਇਹਦੀ ਪਿੱਠ ਪੁੱਠ ਦੀ ਗੱਲ ਕਰ ਲਈਏ ਬਈ ਕਿਸੇ ਪਾਸੋਂ ਝੋਟੀ ਯਾਰ ਮਾਰ ਨਹੀਂ ਖਾਂਦੀ ਪੂਰੀ ਵਧੀਆ ਟੌਪ ਕੁਆਲਿਟੀ ਦਾ ਬਈ ਫੇਸ ਕੁਆਲਿਟੀ ਵੀ ਚੈੱਕ ਕਰਾ ਦੇ ਇੱਕ ਵਾਰੀ ਫੇਸ ਤੇ ਮਾਰ ਦੇ ਕੈਮਰਾ ਮੂੰਹ ਇੱਧਰ ਨੂੰ ਕਰਾ ਦੇ ਬਾਈ ਉਹਦਾ ਉਰਲੇ ਉਰਲੇ ਬੰਨੇ ਕਰਾ ਦੇ ਤੁਹਾਨੂੰ ਗਏ ਆਂ ਇੱਧਰਲੇ ਬੰਨੇ ਦੀ ਆ ਜਾ ਇੱਧਰ ਦੀ ਦਿਖਾ ਦੇ ਸਮਾਰ ਕੇ ਲਾ ਕੇ ਨੇੜੇ ਲੈ ਝੋਟੀ ਸੱਜਣੋ ਚੰਗੀ ਆ ਜੇ ਬਾਈ ਨਾ ਕਰਾਉਣਿਆ ਗੱਲਬਾਤ
ਬਾਈ ਜੀ ਨਾਮ ਦੱਸ ਦੋ ਜੀ ਆਪਣਾ। ਬਿੱਕਰ ਸਿੰਘ ਜੀ। ਬਿੱਕਰ ਸਿੰਘ ਪਿੰਡ ਕਿਹੜਾ ਜੀ? ਮਹਾਰਾਜ ਜੀ। ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਜੀ। ਇਹ ਝੋਟੀ ਦਾ ਕੀ ਰਿਕਾਰਡ ਆ, ਕਿਹੜੇ ਸੂਹੇ ਸੁਣਦੀ ਆ ਇਹ? ਬਾਈ ਦੋ ਦੰਦ ਦਾ ਪਲੂਣ ਹੀ ਸੁਣਦੀ ਆ। ਅੱਛਾ, ਮੂੰਹੋਂ ਦੋ ਦੰਦ ਆ ਯਾਰ। ਦੋ ਦੰਦ ਦੇ ਹਿਸਾਬ ਨਾਲ ਜੇ ਥਣ ਥੁਣ ਦੀ ਗੱਲ ਕਰ ਲਈਏ ਯਾਰ, ਤਰਸ ਇੱਕ ਵਾਰੀ ਥਣਾ ਤੇ ਮਾਰ ਦੇ ਕੈਮਰਾ ਯਾਰ। ਦੋ ਦੰਦ ਦੇ ਹਿਸਾਬ ਨਾਲ ਜੇ ਝੋਟੀ ਦੇ ਆਪਾਂ ਥਣ ਥੁਣ ਦੀ ਗੱਲ ਕਰ ਲਈਏ ਨਾ, ਥਣ ਬਾਈ ਐ ਨਾ ਪੂਰੀ ਸਿਰਾ ਕਵਾਲਟੀ ਦਾ, ਉਹੀ ਗੱਲ ਆ ਵੀ ਸੱਜਣੋ ਫਾਈਵ ਸਟਾਰ ਝੋਟੀ ਆ ਯਾਰ। ਹੱਥ ਕਿਸੇ ਪਾਸੇ ਧਰਾਉਂਦੀ ਨਹੀਂ ਜੇ ਆਪਾਂ ਗੱਲ ਕਰ ਲਈਏ। ਹਾਂਜੀ ਹਾਂਜੀ, ਕਨਫਰਮ ਦੋ ਦੰਦ ਆ। ਹਾਂਜੀ ਹਾਂਜੀ, ਕਿੰਨੇ ਕੁ ਦਿਨ ਕੱਢਦੀ ਆ ਬਾਈ? ਇਦਾਂ ਬਾਈ ਅਜੇ ਹਫ਼ਤਾ ਦੇ 10 ਦਿਨ ਦੇ ਵਿੱਚ ਲੈ ਜੀ। ਹਫ਼ਤਾ 10 ਦਿਨ ਕੱਢ ਜੂ। ਹਾਂਜੀ, ਕਿੰਨੇ ਕੁ ਦੁੱਧ ਦੀ ਉਮੀਦ ਆ ਆਪਾਂ ਨੂੰ? ਦੁੱਧ ਬਾਈ ਦੇਦੂ ਪਲੂਣੀ 14 ਕਿਲੋ। ਅੱਛਾ, ਕਈ ਵਾਰੀ ਮੈਂ ਆਪਾਂ ਨੂੰ ਐਕਸਪੀਰੀਅੰਸ ਹੋ ਜਾਂਦਾ ਹਨਾ, ਜਦੋਂ ਵਪਾਰ ਦਾ ਪੁਰਾਣਾ ਕੰਮ ਕਰਦੇ ਨੇ, ਕਿੰਨਾ ਕੁ ਪਾ ਦੂਗੀ? ਹਾਂਜੀ ਹਾਂਜੀ, 14 ਰੇਟ ਇਹਦਾ ਫਿਰ? ਰੇਟ 160 ਆ ਜੀ। ਉਹ ਸਾਮੂ ਵੀ ਦੱਸ ਦੇਣਾ ਅਗਲਾ। ਹਾਂਜੀ, ਸਾਮ ਵਾਲੇ ਦਾ ਛੱਡ ਦੇ। ਸਾਮ ਵਾਲੇ ਨਹੀਂ ਛੱਡੇ ਜਾਂਦੇ ਬਾਈ, ਕੱਟੀ ਜਾਂਦੀ ਆ। ਕਿੰਨੇ ਦੀ ਛੱਡ ਦਾਂਗੇ ਲਾਸਟ ਚ? ਨਹੀਂ, ਕਿੱਸੇ ਦੱਸ ਦੇ। 1:45 ਦੀ। ਹੈ? 1:45 ਦੀ। 30 ਦੀ ਨਹੀਂ ਦਿੰਦੇ? ਨਾ ਨਾ ਨਾ, ਮਹਿੰਗਾ ਹੋ ਰਿਹਾ ਕੰਮ। ਹਾਂ ਰੋ ਬਾਈ, ਹੋਰ ਬਾਈ ਪਿੰਡਾਂ 'ਚ ਨਹੀਂ ਮਿਲਦਾ ਨਾ। ਅੱਛਾ, ਪਿੰਡਾਂ ਨੇ ਕੀ ਕਹਿੰਦੇ ਨੇ ਫਿਰ ਜੋ ਲੈਣ ਜਾਂਦੇ ਜਾਂਦੇ? ਪਿੰਡਾਂ ਦੇ 2.5 ਲੱਖ ਮੰਗਦੇ ਬਾਈ ਯਾਰ। ਇੰਨੇ ਕਾਹਤੋਂ ਮੰਗਦੇ ਨੇ? ਤੇਜ਼ ਹੋ ਗਿਆ ਕੰਮ। ਕੰਮ ਤੇਜ਼ ਆ ਬਾਈ। ਬਾਕੀ ਸੱਜਣੋ ਰੁੱਤਣਾ ਥੋੜੀ ਜਿਹੀ ਕਸੂਤੀ ਆ ਗਈ ਯਾਰ ਪਿੰਡਾਂ 'ਚ, ਮੈਂ ਗੱਲ ਕਰ ਲੈਣਾ ਤੇਜ਼ ਹੋ ਗਿਆ ਕੰਮ, ਕਿਉਂਕਿ ਜਾਨਵਰ ਯਾਰ ਜੇ ਤੁਸੀਂ ਆਪਦੇ ਆਲੇ ਦਾਲੀ ਕਿਤੇ ਆਪਣੀ ਨਿਗਾਹ ਮਾਰ ਲਓ ਨਾ, ਮੇਰਾ ਖਿਆਲ ਹੈ ਮਹੱਲੇ 'ਚ ਬਾਈ ਇੱਕ ਅੱਧਾ ਜਾਨਵਰ ਮਸੀ ਸੂਆ ਹੋਇਆ ਮਿਲਦਾ ਹੈ ਨਾ। 3-4 ਪਿੰਡਾਂ 'ਚ ਮਿਲਦਾ ਬਾਈ ਯਾਰ। ਅੱਛਾ, ਕਿੰਨੀਆਂ ਝੋਟੀਆਂ ਲਏ ਤੇ? ਆਪਾਂ 4 ਲਈ, 3 ਰਹਿ ਗਈਆਂ ਬਾਈ। ਇੱਕ ਨਾਲ ਦੀ। ਅੱਛਾ, ਇੱਕ ਵੇਚਤੀ? ਇੱਕ ਵੇਚਤੀ। ਉਹ ਕਿੰਨੇ ਕਿ ਦੀ ਵੇਚਤੀ ਫਿਰ? ਉਹ 1:40 ਦੀ ਬਾਈ। ਚੰਗਾ ਰਿਹਾ ਕੰਮ? ਹਾਂਜੀ, ਉਹ ਸੂਈ ਸਵਾਈ ਦੂਜਣ ਸੀ ਉਹ। ਅੱਛਾ, ਬਣ ਗਏ 2 ਰੁਪਏ? ਹਾਂਜੀ ਹਾਂਜੀ ਹਾਂਜੀ। ਕਿੰਨੇ ਆ ਮੰਡੀ ਦਾ ਕੰਮ ਅੱਜ? ਮੰਡੀ ਠੀਕ ਆ ਬਾਈ। ਠੀਕ ਆ ਹਾਲੇ ਦਾ ਹਨਾ, ਸਿਰਾ ਤਾਂ ਫੇਰ ਹੋਊਗੀ ਉਹਦਾ, ਚਾਰੇ ਵੇਚ ਕੇ ਜਾਵੇਗਾ। ਹਾਂ ਹਾਂ ਹਾਂ। ਨੰਬਰ ਬੋਲ ਦੇ ਜਰਾ। ਨੰਬਰ 98725। ਹਾਂਜੀ, 90621। ਇੱਕ ਵਾਰੀ ਫਿਰ 98725 90621 ਬਾਈ। ਘਰੇ ਕਿੰਨੇ ਕੁ ਜਾਨਵਰ ਹੁੰਦੇ ਨੇ ਆਪਣੇ? ਘਰੇ 4-5 ਹੈਗੇ। ਇੱਕ ਨੰਬਰ ਹੋਰ ਆ, ਦੂਜਾ ਬੋਲਦੇ ਨੇ ਵੀਡੀਓ ਵੀਡੀਓ ਵਾਲਾ ਬੋਲ ਦੇ। 98725 86529। ਇੱਕ ਵਾਰੀ ਝੋਟੀ ਖੋਲ ਕੇ ਫੇਰ ਤੋੜ ਦੇ, ਇਹਨੂੰ ਤੋੜ ਦੇ। ਲੈ ਸੱਜਣਾ, ਮੂੰਹੋਂ ਦੋ ਦੰਦ ਕੱਟੀ ਆ ਬਈ, ਹੈਗੀ ਵੀ ਐਨ ਸਿਰਾ ਕਵਾਲਟੀ ਦੇ। ਤੁਹਾਨੂੰ ਵੀ ਨਾ ਕੱਟੂ ਨਾ ਉਹਨਾਂ ਕਰ ਲਿਓ ਤੁਸੀਂ ਇੱਥੇ ਤੋਂ ਫੇਸ। ਹਾਂਜੀ ਆ ਜਾਓ ਜੀ ਸਰ ਜੀ, ਜਦੋਂ ਲੰਬਾਈ ਲੰਬੂਈ ਰੰਗ ਰੁੰਗ ਦੇਖ ਸਕਦੇ ਹੋ ਝੋਟੀ ਵੀਰੇ। ਜਿਵੇਂ ਗੱਲ ਕਰ ਲੈਣਾ ਯਾਰ, ਪੂਰੇ ਅੱਬਲ ਦਰਜੇ ਦੀ ਝੋਟੀ ਆ ਸੱਜਣੋ, ਤੇ ਥਾਂ ਵੀ ਆ ਨਾ, ਥਾਂ ਥੁਣ ਵੀ ਬਈ ਐ ਲੱਗਿਆ ਪੂਰਾ ਘੈਂਟ। ਵਾਹ ਕਮਾਲ ਹੋ ਜੀ। ਲਓ ਜੀ ਲਓ ਜੀ, ਤੇ ਉਹੀ ਗੱਲ ਆ ਸੱਜਣੋ, ਦੋ ਦੰਦ ਦੇ ਹਿਸਾਬ ਨਾਲ ਜਿਵੇਂ ਗੱਲ ਕਰ ਲਾਂ ਝੋਟੀ ਦੀ ਬਈ, ਵੱਡੀ ਬੁੱਢੀ ਬਹੁਤ ਆ, ਦੰਦ ਕਾਰਡ ਬਹੁਤ ਆ ਯਾਰ, ਮਗਰ ਮਗਰ ਚੜਾਈ ਚੜੂਈ ਵੀ ਯਾਰ ਚੰਗੀ ਆ ਝੋਟੀ ਦੀ, ਹੈਗੀ ਵੀ ਚੰਗੀ ਜਾਤ ਕਵਾਲਟੀ ਦੀ ਆ, ਤੇ ਦੁੱਧ ਵੀ ਵਧੀਆ ਪਾ ਦੂਗੀ ਨੰਬਰ 22 ਦੀ ਵੀਡੀਓ 'ਚ ਚੱਲੂਗਾ। ਜਿਹੜੇ ਸੱਜਣ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ, ਨੇੜਾ ਕੇ ਤਸੱਲੀ ਕਰਕੇ ਲੈ ਜਾ। ਲੈ ਸੱਜਣੋ, ਆ ਹੈਗੀ ਆ ਦੂਜੇ ਸੂਹੇ ਕਵਾਲਟੀ ਕਵੁਲਟੀ ਇਹਦੀ ਵੀ ਬਾਹਲੀ ਸਿਰਾ ਬਾਈ, ਇਹ ਵੀ ਮੇਰਾ ਖਿਆਲ ਆ ਕੱਚੀਆ ਕੱਢਦੀ ਆ। ਦੇ ਨਾ ਡਿਟੇਲ ਬਾਈ ਨੂੰ ਪੁੱਛਦੇ ਆ ਇੱਕ ਵਾਰੀ, ਬਾਡੀ ਦੀ ਬਣਤਰ ਚੈੱਕ ਕਰ ਲਓ, ਕਿਉਂਕਿ ਉੱਤੇ ਤੋਂ ਚੜਾਈ ਚੜੂਈ ਚੰਗੀ ਆ ਤੇ ਥੱਲਿਓਂ ਝੋਲੀ ਵੀ ਚੰਗੀ ਆ। ਉਹੀ ਗੱਲ ਆ ਤੁਹਾਨੂੰ ਮੈਂ ਕਹਿਣਾ ਵੀ ਹੁੰਦਾ ਹਰੇਕ ਵੀਡੀਓ 'ਚ ਵੀ ਯਾਰ, ਰਾਮਪੁਰਾ ਪੂਲ ਏਰੀਏ ਦੇ ਜਿਹੜੇ ਜਾਨਵਰ ਨੇ ਨਾ ਬਾਈ, ਚੰਗੇ ਜਾਨਵਰ ਹੁੰਦੇ ਨੇ ਇਸ ਏਰੀਏ ਦੇ ਵਿੱਚ ਵੀ, ਸਿੰਘ ਸੁੰਘ ਦੀ ਕੁਆਲਿਟੀ ਵੀ ਚੰਗੀ ਆ, ਲੈ ਇਹਨੂੰ ਲੈ ਜਾ ਬਾਈ। ਤੇ ਰੰਗ ਰੁੰਗ ਸੱਜਣੋ ਚੈੱਕ ਕਰ ਸਕਦੇ ਹੋ, ਬਿਲਕੁਲ ਜੈੱਡ ਬਲੈਕ ਆ, ਪੂੰਛ ਥੋੜੀ ਜਿਹੀ ਜ਼ਰੂਰ ਵਾਈਟ ਆ, ਪਰ ਉਹੀ ਗੱਲ ਆ ਸੱਜਣੋ ਝੋਟੀ 'ਚ ਜੇ ਗੱਲ ਕਰਨਾ ਨਾ, ਬਰੀਕੀਆਂ ਬਹੁਤ ਨੇ ਬਾਈ ਦੁੱਧ ਵਾਲੇ ਜਾਨਵਰ ਵਾਲਾ। ਲੈ ਸੱਜਣੋ, ਜਾਤ ਕੁਆਲਿਟੀ ਝੋਟੀ ਚੰਗੀ ਆ, ਉਹੀ ਗੱਲ ਆ ਵੀ ਮੂੰਹੋਂ 6 ਦੰਦ ਦਾ ਪਿਓਰ ਦੂਜਾ ਸੂਆ ਬਾਈ ਦੇ ਦੱਸਣ ਮੁਤਾਬਕ। ਤੇ ਦੁੱਧ ਕਿੰਨਾ ਕੁ ਪਾ ਦੂ ਇਸ ਵਾਰੀ ਬਾਈ? ਇਹ ਕੀ ਪਾ ਦੂ 18-20 ਦੇ ਵਿੱਚ ਇਹ। ਅੱਛਾ, ਆ ਪਲੂਨ ਨੇ ਤਾਂ 16-17 ਨੇ ਬਾਈ। ਠੀਕ ਆ ਗੱਲ। ਹਾਂਜੀ, 6 ਦੰਦ ਦਾ ਮੂੰਹ 20 ਹੁੰਦਾ ਉਹ ਖਾਸਾ। ਹਾਂਜੀ, ਮੈਂ ਕਿਹਾ ਕੋਈ ਗੱਲ ਹੀ ਨਹੀਂ ਬਾਈ ਯਾਰ, ਕਰ ਦੂਗੇ ਜੇ ਬੰਨ। ਮੈਂ ਕਿਹਾ ਬੇਫਿਕਰ, ਰੇਟ ਫਿਰ 20 ਕਿਲੋ ਵਾਲੀ ਦਾ। ਹਾਂ, 160 ਜੀ। 160 ਤੋਂ ਛੱਡ ਕੇ ਨਹੀਂ ਦੇਵਾਂਗੇ ਲਾਸਟ ਜਮੀ ਜਮਾ ਜੀ। ਹਾਂ, 1.5 ਦੀ ਛੱਡ ਦਾਂਗੇ ਬਾਈ। ਉਹ ਸਾਮੂ ਵੀ ਅਗਲਾ ਦੱਸ ਦੇਣਾ। ਚਲ ਕੋਈ ਨਹੀਂ, ਉਹਦੇ ਕਰ ਲਾਂਗੇ। ਸਾਮੂ ਵਾਲੇ ਦਾ ਛੱਡ ਦੇ, ਮੌਕੇ ਤੇ ਕਰ ਲਾਂਗੇ ਬਾਈ, ਮੌਕੇ ਤੇ ਕਰ। ਕਿੰਨਾ ਕੁ ਕਰ ਲੇਗਾ ਮੌਕੇ ਤੇ? ਚਲ 1:45 ਦੇ ਦਾਂਗੇ। 1:45 ਜੀ। 30 ਦੀ ਨਹੀਂ ਦਿੰਦਾ? ਨਾ ਯਾਰ ਬਾਈ। ਅੱਛਾ ਯਾਰ।
ਹੋਰ ਵੀ ਕਰ ਦਾਂਗੇ, ਛੋਟ ਛੱਪਾ ਕਰ ਦਾਂਗੇ, ਮੌਕੇ ਤੇ ਵੇਖ ਲਾਂਗੇ ਬਾਈ ਕੋਈ ਨਾ। ਅੱਛਾ ਹਾਂ, ਤਾਂ ਤੁਹਾਨੂੰ ਨੰਬਰ ਬੋਲ ਦਵਾਂ, ਨੰਬਰ ਨਾ ਭੁੱਲੇ ਦੂਜਾ ਲੈ ਨੰਬਰ ਸੱਜਣਾ ਬਾਈ ਦਾ, ਵੀਡੀਓ ਦੇ ਵਿੱਚ ਹੀ ਚੱਲੂਗਾ। ਦੋ ਝੋਟੀਆਂ ਚੋਂ ਇਹਨਾਂ ਤੋਂ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ, ਤੇ ਬਾਕੀ ਅੱਗੇ ਲੈ ਕੇ ਚੱਲਦੇ ਮੌੜ ਮੰਡੀ ਦੇ ਹੋਰ ਵੀ ਜਾਨਵਰ, ਜੁੜੇ ਰਹੋ ਵੀਡੀਓ ਨਾਲ।